gente. शकील नजर नहीं आ रहे, किथे ने? ताड़े दोवी नाड़ले अपने चाचे नाल खाड़े च कॉल करन गए ने। और राणे शबीर दे पुत्रा दी जोड़ी भाई शेरा दी जोड़ी है। लो राणा साहब, आगे दे ताड़े शेर पुत्र। बिस्मिल्लाह। तेरे भतीजे किन्ना कु जोर ला लेंदे ने, ते नाले इन्हां नू दंड बैठकां दे नाल नाल इन्हां नू मैदान च खड़ोण दी हिम्मत भी सिखाई। महारानी, अज मैं चाचा बशीर नू मैदान च दो वारी ढाया। अच्छा, लो राणा साहब, सुन लो अपने शेर पुत्र दी। ज़हीर मेरा शहज़ादा भतीजा जोया। ओए ज़हीर पुत्र, ओए अपने चाचे नु एना तंग ना कर। ओए अगले महीने दा ब्याह ही, ओ फिर चाची नु भी तंग करेगा। करांगा करांगा, जरूर करांगा। सुन ले बशीर। फिर ते चाचे दे ब्याह ते बढ़िया खुशियां मनावांगे। मैं ते चाचे दे ब्याह दे पिस्तौल चलावांगा, पिस्तौल ठा ठा ठा। वेख लो राणा साहब, पहले ताड़े कोलों चकदा सी, हुण ताड़े सामने बोलना शुरू हो गया। एनू इन्ना अथरा ना करो, राह जांदे बालां नाल खइयां लैंदा जे। राणिया दे लाओ दे विच जिद दे नाल नाल बड़ी हिम्मत हुंदी है। ओ बाजी, ओ ना फुटबॉली मुंडे नूं समझा लो, जदों मैं कड़ा बाहर निकलदा ओ मैनूं कुड़ियां पा पा के वेखदे ने। एना समझा ला अप्पा कि ती अज आए ना ओए, एना दी अखां जुंगला पा के ठुड्डा नहीं मारी दा। और पटवारी नल में आप गल करांगा।
ਕੀ ਹੋਇਆ ਮੇਰੀ ਧੀ? ਪਿੰਡ ਵਿੱਚ ਬਦਮਾਸ਼ ਕੁੜੀਆਂ ਨੂੰ ਛੇੜਦੇ ਪਏ ਨੇ। ਛੱਡ ਮੇਰਾ ਹੱਥ ਕੁੱਤੇ, ਭੈਰਤ ਛੱਡ ਮੇਰਾ ਹੱਥ। ਤੇਰੀ ਲੁਸ ਲੁਸ ਕਰਦੀ ਜਵਾਨੀ ਵੇਖ ਕੇ ਅਰਸ਼ਦ ਡੰਗਰ ਦੇ ਮੂੰਹ ਚ ਪਾਣੀ ਆ ਗਿਆ। ਜੀ ਕਰਦਾ ਤੈਨੂੰ ਇੱਕੋ ਡੀਕ ਚ ਪੀ ਜਾਵਾਂ। ਰਾਜਪੂਤਾਂ ਦਾ ਪਿੰਡ ਫਖਰਾਬਾਦ, ਜਿੱਥੇ ਦੁਸ਼ਮਣ ਦੀ ਧੀ ਦੀ ਇੱਜ਼ਤ ਕੀਤੀ ਜਾਂਦੀ ਹੈ। ਓਏ ਬਗੈਰਤੀ ਕਰਨ ਵਾਲਾ ਕੌਣ ਹੈ ਤੂੰ? ਅਰਸ਼ਦ ਡੰਗਰ, ਅੱਜ ਦੀ ਇੱਜ਼ਤ ਤੇਰੇ ਸਾਹਮਣੇ ਲੁੱਟਾਂਗਾ। ਅੱਜ ਤੇਰੀ ਬਗੈਰਤੀ ਦਾ ਜਨਾਜ਼ਾ ਪੂਰਾ ਫੈਸਲਾ ਬਾਅਦ ਦੇਖੇਗਾ। ਕੁੜੀਆਂ ਨੂੰ ਚੱਕ ਲੈ। ਓ ਬਸ਼ੀਰ, ਓਏ ਬਸ਼ੀਰ, ਬਸ਼ੀਰ, ਓਏ ਬਸ਼ੀਰ, ਓਏ ਮਰੀਨਾ, ਓਏ ਉਦੋਂ ਤੱਕ ਮਰੀਨਾ ਜਿਨ੍ਹਾਂ ਨੇ ਤੇਰੇ ਤੇ ਗੋਲੀਆਂ ਚਲਾਈਆਂ, ਉਹਨਾਂ ਦੀਆਂ ਲਾਸ਼ਾਂ ਡਿੱਗਦੀਆਂ ਵੇਖ ਕੇ ਮਰੀ, ਓਏ ਵੇਖ ਕੇ ਮਰੀ। ਓਏ ਦੁਸ਼ਮਣਾਂ, ਓਏ ਬਸ਼ੀਰ, ਓਏ ਬਸ਼ੀਰ, ਓਏ ਮੇਰੇ ਭਰਾਵਾ, ਓਏ ਓਏ ਤੇਰੇ ਤੇ ਹਮਲਾ ਕਰਨ ਵਾਲੇ ਦੀਆਂ ਲਾਸ਼ਾਂ, ਓਏ ਵੇਖ ਕੇ ਮਰੀ, ਓਏ ਲਾਸ਼ਾਂ ਵੇਖ ਕੇ ਮਰੀ। ਬਸ਼ੀਰ, ਪਿੰਡ ਦੀ ਇੱਜ਼ਤ ਤੂੰ ਕੁਰਬਾਨ ਹੋ ਕੇ ਰਾਜਪੂਤਾਂ ਨਾਲ ਸਿਰ ਫਖਰ ਨਾਲ ਬੁਲੰਦ ਕਰ ਦਿੱਤਾ, ਬੁਲੰਦ ਕਰ ਦਿੱਤਾ। ਓਏ ਬਸ਼ੀਰ, ਬੜੀ ਛੇਤੀ ਕੀਤੀ ਹੋ ਯਾਰ। ਚੰਗਾ ਚੰਗਾ ਫੇਰ, ਚੰਗਾ ਯਾਰ। ਅੱਜ ਦੋ ਵਾਰੀ ਇੰਸਪੈਕਟਰ ਚੱਦੜ ਆਇਆ ਸੀ, ਪਰ ਘਰ ਦੀ ਦਲੀਜ਼ ਨਹੀਂ ਟੱਪਿਆ। ਮੈਨੂੰ ਗ੍ਰਿਫਤਾਰ ਕਰਨ ਆਇਆ ਹੋਇਆ। ਬਸ ਯਾਰ ਜੋ ਹੋਇਆ ਉਹਦਾ ਦਿਲ ਮੈਨੂੰ ਗ੍ਰਿਫਤਾਰ ਕਰਨ ਨੂੰ ਨਹੀਂ ਕਰ ਰਿਹਾ, ਪਰ ਜਿਹੜਾ ਜੁਰਮ ਕੀਤਾ ਹੈ ਉਹਦੀ ਸਜ਼ਾ ਤੇ ਭੁਗਤਣੀ ਹੈ। ਜਿਹੜਾ ਸਾਡਾ ਕਤਲ ਹੋਇਆ ਤੇ ਫਿਰ ਮੁਨਸਬ ਨੂੰ ਸਜ਼ਾ ਕਰ ਦੋ। ਡਰ ਸਜ਼ਾ ਦਾ ਨਹੀਂ, ਇੱਕ ਗੱਲ ਦਿਖ ਕਰੇ ਪਿੰਡ ਵਿੱਚ ਦੁਸ਼ਮਣੀ ਪੈ ਗਈ ਤੇ ਮੇਰੀ ਗ੍ਰਿਫਤਾਰੀ ਤੋਂ ਬਾਅਦ ਅਰਸ਼ਦ ਡੰਗਰ ਦੇ ਸਾਥੀ। ਤੁਸੀਂ ਫਿਕਰ ਨਾ ਕਰੋ, ਮੇਰੀਆਂ ਰਗਾਂ ਚ ਵੀ ਇੱਕ ਰਾਜਪੂਤ ਦਾ ਖੂਨ ਹੈ। ਜੇ ਇਸ ਰਾਜਪੂਤਨੀ ਨੂੰ ਆਪਣੇ ਪੁੱਤਰਾਂ ਦੀ ਹਿਫਾਜ਼ਤ ਲਈ ਬੰਦੂਕ ਵੀ ਚੁੱਕਣੀ ਪਈ, ਜ਼ਰੂਰ ਚੁੱਕਾਂਗੀ ਰਾਣਾ ਸਾਹਿਬ। ਨਹੀਂ ਹੋ ਮੇਰੇ ਪੁੱਤਰੋ, ਨਹੀਂ, ਮੈਂ ਤੁਹਾਡੇ ਹੱਥੇ ਬੰਦੂਕਾਂ ਨਹੀਂ ਇਲਮ ਦੀਆਂ ਕਿਤਾਬਾਂ ਵੇਖਣਾ ਚਾਹੁੰਦਾ, ਇਲਮ ਦੀਆਂ ਕਿਤਾਬਾਂ। ਹਾਜੜੇ, ਤੂੰ ਮੇਰੇ ਦੋਵਾਂ ਪੁੱਤਰਾਂ ਨੂੰ ਲੈ ਕੇ ਲਾਹੌਰ ਦਾਤਾ ਦੀ ਨਗਰੀ ਆਪਣੇ ਭਰਾ ਸੁਲਤਾਨ ਕੋਲ ਟੁਰ ਜਾ,
पेंडे ते दुश्मन दी अग बल पई है। किते होदा सेक मेरे पुत्रा तक ना पहुंचे, इन्हां नूं इत्थों लैके चली जा, हजरे चली जा। ताड़ा हुकम सिर मत्थे ते राणा साहब, पर असी ते अपने सुल्तान वीर नूं भरा बशीर दे कतल होण दी खबर वी नहीं दित्ती। राणा शबीर, इंस्पैक्टर साहब, मैनू ताडे भरा राणे बशीर दे कतल दा बड़ा दुख होया। राणा साहब, मैनू इस गल दी शर्मिंदगी है, ताडी गिरफ्तारी दे वारंट मेरी जेब च ने। अपना फर्ज पूरा कर लो इंस्पैक्टर साहब। हथकड़ी लाओ राणा साहब नू। हजड़े मेरे दोवां पुत्रां नू लेके अपने भरा सुल्तान कोल चली जाई, मेरी गल ते अमल करी ते मेरे हुक्म दी तमील करी। हाजणे तमील करी, रब राखा रब राखा। बिस्मिल्ला बिस्मिल्ला। मरने वाला साडा भी कुछ लगता सी, सानू तेरे कोले होई गिला पैना, दुखा दी पंड लैके कली टुर पई है। ਜਿਹੜੀ ਜ਼ਿੰਮੇਦਾਰੀ ਦੀਆਂ ਦੋ ਪੰਡਾਂ ਤੁਹਾਡੇ ਸਿਰ ਤੇ ਰੱਖਣ ਲੱਗੀ ਆ, ਡਰ ਲੱਗਦਾ ਉਹਦੇ ਭਾਰ ਦੇ ਨਾਲ ਤੁਹਾਡਾ ਵਜੂਦ ਨਾ ਡੋਲ ਜਾਏ। ਮਾਂ ਪਿਓ ਦੇ ਮਰਨ ਤੋਂ ਬਾਅਦ ਜਿਵੇਂ ਤੈਨੂੰ ਧੀਆਂ ਵਾਂਗੂ ਪਾਲਿਆ, ਇਹਨਾਂ ਦੋ ਸ਼ਰਾਧਿਆਂ ਨੂੰ ਵੀ ਪੁੱਤਰਾਂ ਦੀ ਤਰ੍ਹਾਂ ਪਾਲ ਲਾਂਗਾ। ਇਹ ਪੜ੍ਹ ਲਿਖ ਕੇ ਜਵਾਨ ਹੋ ਜਾਣ, ਤੂੰ ਫਿਕਰ ਨਾ ਕਰ ਭੈਣਾ। ਪੁੱਤਰ ਤੇ ਜੰਮਦੇ ਹੀ ਜਵਾਨ ਹੋ ਜਾਂਦੇ ਨੇ। ਮਾਮਾ ਜੀ, ਮੈਨੂੰ ਮਾਫ ਕਰ ਦਿਓ, ਮੈਂ ਤੁਹਾਡੇ ਪੈਸੇ ਦੇ ਦਿਆਂਗਾ। ਅੱਬਾ ਜੀ, ਅੱਬਾ ਜੀ, ਜ਼ਾਲਮੋ ਕਿਉਂ ਮੇਰੇ ਅੱਬੇ ਨੂੰ ਮਾਰਦੇ ਪਏ ਹੋ, ਕਿਉਂ ਮਾਰਦੇ ਪਏ ਹੋ ਅੱਬਾ ਜੀ? ਰਾਜਾ ਪਿੰਡੀਵਾਲ ਇਸ ਰਸ ਮਲਾਈ ਨੂੰ ਆਪਣੇ ਡੇਰੇ ਤੇ ਲੈ ਕੇ ਜਾ ਕੇ ਖਾਏਗਾ। ਯਾ ਅੱਲਾ, ਇਹਨਾਂ ਜ਼ਾਲਮਾਂ ਨੂੰ ਨੱਥ ਪਾਉਣ ਵਾਸਤੇ ਕੋਈ ਮੂਸੇ ਭੇਜ ਦੇ। ਬੁਲਾ ਲੈ ਜਿਹਨੂੰ ਤੂੰ ਬੁਲਾਣਾ। ਬੜੀ ਮਿਹਰਬਾਨੀ, ਇਹਨਾਂ ਜ਼ਾਲਮਾਂ ਕੋਲੋਂ ਮੈਨੂੰ ਬਚਾ ਲਓ, ਮੈਨੂੰ ਬਚਾ ਲਓ। ਸਾਡੇ ਰਾਹ ਤੋਂ ਹਟ ਜਾ, ਅੱਜ ਇਹਦੇ ਕੋਲੋਂ ਪਾਈ ਪਾਈ ਵਸੂਲ ਕਰਨੀ ਹੈ। ਫੇਰ ਰੱਖਣੀਆਂ ਮੁੱਛਾਂ ਤੇ ਫੜਨੀਆਂ ਗੁੱਤਾਂ, ਤੁਹਾਡੇ ਬਦਮਾਸ਼ਾਂ ਦੀ ਵੀ ਐਸੀ ਦਿੱਤੀ ਸੀ। ਜਿੰਨੀ ਸੋਹਣੀ ਹੈ ਓਨੀ ਅਥਰੀ ਵੀ ਹੈ। ਸਿਰ ਤੇ ਹਿਆ ਦੀ ਚਾਦਰ ਤੇ ਰਗਾਂ 'ਚ ਰਾਜਪੂਤਾਂ ਦਾ ਖੂਨ ਹੋਵੇ, ਅੱਖਾਂ ਦੇ ਸਾਹਮਣੇ ਕੋਈ ਬਗੈਰਤੀ ਕਰੇ ਤੇ ਖੂਨ ਉਬਾਲੇ ਵੀ ਨਾ ਖਾਵੇ, ਇਹ ਕਿਵੇਂ ਹੋ ਸਕਦਾ ਹੈ? ਤੇਰਾ ਉਬਾਲਾ ਵੀ ਠੰਡਾ ਕਰ ਲੈਣੇ ਆ, ਅੱਜ ਅਸਲ ਦੇ ਨਾਲ ਸੂਦ ਵੀ ਚੁੱਕ ਲੈਣਾ। ਉਹ ਜੇ ਤੂੰ ਤੇਰੇ ਵਜੂਦ ਨੂੰ ਵੱਖਰਾ ਕਰ ਦਿਆ
ਉਹ ਆਪਣੇ ਆਪ ਨੂੰ ਕਲਾ ਸਮਝੀ ਸ਼ੇਰਾ ਉਹ ਤੇਰਾ ਵੀਰ ਆ ਗਿਆ ਅੱਜ ਤੇਰਾ ਕੁੱਤਾ ਹੀ ਦੌੜ ਲੱਗਿਆ ਪੂਰਾ ਲਾਗਾ ਨਾ ਵੇਖੇ ਉਹ ਤੇ ਜ਼ਲੂ ਰਣਸ਼ ਵੀਰ ਦਾ ਪੁੱਤ ਉਹ ਕਿਨੇ ਕੇ ਨਹੀਂ ਜਿੰਦੇ ਰਾਣਾ ਜਿੰਦੇ ਰਾਣਾ बस जहीर पुत्र बस छोड़ दे मामू छोड़ दे और अब बाहर मुद्दमशा ऐसे निर्दयी छोड़ दे मामू जब शेर शेर थले सुन्दर है और से कुतिया पूजा ने गलो जान दिया ओए और नस्के ने राजपूता ने कभी नस्तिया ते वार नहीं किता ओ नहीं मामू नहीं जिद छोड़ दे जहीर पुत्र ਇਹਨਾਂ ਗੱਲਾਂ ਤੋਂ ਤੇਰਾ ਚਾਚਾ ਕਬਰ ਚ ਤੇ ਤੇਰਾ ਪਿਓ ਜੇਲ ਟੁਰ ਗਿਆ ਉਹ ਤਾਂ ਫੇਰ ਕਿਉਂ ਮਾਂ ਜੇਲ ਵੀ ਰਾਜਪੂਤਾਂ ਦਾ ਦੂਜਾ ਘਰ ਹੁੰਦਾ ਮੇਰੇ ਛੋਟੇ ਉਮਰ ਕਿਦਾਂ ਇਧਰ ਬਚਾ ਰਸਤੇ ਉਹ ਇਸ ਰਾਜਪੂਤ ਨੂੰ ਜੇਲ ਵਿੱਚ ਆ ਪਿਓ ਤੇ ਜੇਲ ਚ ਬੈਠੇ ਰੋਣਾ ਸ਼ਫੀਰ ਦੀ ਛੱਤੀ ਉਹ ਹੋਰ ਚੋੜੀ ਹੋ ਜਾਗੀ ਅਸ਼ਕੇ ਭਾਈ ਅਸ਼ਕੇ ਸ਼ੇਰਾਂ ਦੇ ਪੁੱਤਰ ਸ਼ੇਰ ਹੁੰਦੇ ਨੇ ਓਏ ਜੱਗੇ ਟੋਰੀ ਨੂੰ ਜੱਗਾ ਨਾ ਦੇਣ ਦੀ ਸਜ਼ਾ ਜਾਨਾ ਮੈਨੂੰ ਮਾਫ ਕਰ ਦੇ ਭਲਵਾਨ ਮੈਨੂੰ ਮਾਫ ਕਰ ਦੇ ਓਏ ਜੱਗੇ ਟੋਰੀ ਦੀ ਕਿਤਾਬ 'ਚ ਮਾਫੀ ਨਹੀਂ ਹੈਗੀ ਕੌਣ ਹੈ ਤੂੰ ਤੇਰੇ ਮੱਥੇ ਦੀ ਤਿਉੜੀ ਸਾਨੂੰ ਚੰਗੀ ਨਹੀਂ ਹੋ ਲੱਗੀ ਏ ਤੈਨੂੰ ਪਹਿਲੇ ਦਾ ਲਿਤਾ ਦਿੱਤਾ ਮਾਫੀ ਇੱਥੋਂ ਨਿਕਲ ਜਾ ਵੱਡਿਆ ਬਦਮਾਸ਼ਾ ਇਹੋ ਹੀ ਤੇਰੇ ਲਈ ਬਿਹਤਰੀ ਆ ਬੱਲੇ ਓਏ ਬੁੱਢਿਆ ਸਦਕੇ ਤੇਰੀ ਜੀਦਾਰੀ ਤੋਂ ਓਏ ਜੱਗਾ ਦੇ ਰੁੱਖ ਨੂੰ ਫੂਕ ਮਾਰੇ ਤੇਰਾ ਬੁੱਢਿਆ ਜਾਂਦਾ ਓਏ ਰਾਜਪੂਤਾਂ ਦੇ ਘਰ ਪੱਲਣ ਵਾਲੀ ਜ਼ਿੱਦ ਦਾ ਫੇਰਾ ਮੌਤ ਦਾ ਫੇਰਾ ਹੀ ਜਿੰਦੇ ਰਾਣਾ ਓਏ ਤੂੰ ਕੀ ਸ਼ਾਮ ਹੈ ਜਿੰਦੇ ਰਾਣਾ ਜਿੰਦੇ ਰਾਣਾ Thank you.
ਇਹਦਾ ਤੁਰਨਾ ਸ਼ੇਰਾਂ ਵਰਗਾ। ਇਹਦੀ ਵੇਖਣੀ ਬਾਸ ਵਰਗੀ। सारे पंजाब दे गुंडियां दा प्यो मेरा सिद्धी राणा, मेरा सिद्धी राणा, नस जो इत्थों, नस जो बकरियों। शेर जिनी छलांग नहीं मार सकता। ओ तुहाडे सारिआं दी ऐसी दी तैसी। कलमा पढ़ ला बड़े चके टोरी। मैनू माफ कर दे भगवान। जी सरकार। ओए देख किसे जब पैसे करके दुकानदार वापस करो। जीओ मेरे शेरा, दो पैसे कितने आ गई? ते चुन्नी पुआस पहन प्रवानु सरते। जादी कर करली, ते शतीना नु जप्पे। उठाए। अब बड़े जगे टोरी, असी तेरी बदमाशी नु अब कंजरी बना देता ही। ओए अगे तो जो भी सामने आवे कॉन्टैक्ट कट के आई। ओए ओ जग गालियो, मेरी एक गल कान खोल के सुनो। ओए अज तो बाद किसे बदमाश ने ओ किसे गरीब को टैक्स लिता ते उंदे को टैक्स लेना। ओए सुसिद्धि रोने दी जत जत जत। मशूक है यार। हाय पीस बड़ा सोना है जी। ਜ਼ਿੱਦੀ ਰਾਣੇ ਦੇ ਨਾਂ ਦਾ ਟੈਕਸ ਕੱਢ। ਓਏ ਜ਼ਿੱਦੀ ਰਾਣੇ ਦੇ ਨਾਂ ਦਾ ਟੈਕਸ ਕੱਢ। ਓਏ ਜ਼ਿੱਦੀ ਰਾਣੇ ਦੇ ਨਾਂ ਦਾ ਟੈਕਸ ਕੱਢ। ਓਏ जेड़ा बार बार हारन बजाई जा रहे हैं। इदी पापा सन के हूं लाची दा सिर दर्द हो रहे हैं। हाय शिकार ते वड्डा ही है, पर सोच ले लाचिए किधरे फंस ना जाए। पर तू क्यों डरनी है लाचिए, तू ते आप जिद्दी राने दी मांगे। बाहर निकलो वे। की गले मुठियारे, साडा राह क्यों डके ही? अपनी उम्र वेख ते अपनी गल्ला वेख,
तू की बिटर बिटर वेख रहे हैं कबूतरा, ए चैना ला, तेनू पता नहीं मैं जिद्दी राने दी मंगा। चल ले रख ले, जिद्दी राने दे सदके रख ले कबूतरा। वाह भाई वाह, जिद्दी राने को भी टैक्स लेने ले इतने जम पे ने। जिद्दी राना, मैनू माफ कर दे, मैनू माफ कर दे, मैं ते एवी तेरे नाम दा रोप पा के अपनी इज्जत बचा रही सी। मेरे ते अगे पिछे भी कोई नहीं हैगा, मेरा ते माँ प्यो भी कोई नहीं हैगा, मैनू माफ कर दियो, लो अपना सामान वापिस ले लो। सदके जावा तेरी जिदारी तो, जिद्दी राने दी मंग तनु ही होना चाहिए सी। बस सानू तो चंगी लगी है, असी तेरा चूड़ू सच करन लगे हैं। जा जाके पूरे जग से ऐलान कर दे कि आज तो बाद तू जिद्दी राने दी मंग है। हाय ए गल के की तू साडी हिक ते प्यार दा इत्र सिर दे तई। नचियां पिंडे ने नया अंगड़ाया कच्चियां, थां मर गई
दियो पैड़ियो बस कर दियो। एदी सजा दा फैसला मेरा सोना पुत्र अख्तर माछी करेगा। हक्के भाई हक्के। मेरा ना अख्तर माछी है, आए मैं कूड़ी पाके तका ते दंडल पा दिया। साड़ियां जितियां चुकन वाले हक जदो साडे गिरेवान तक पहुंच जान, असी यो हक बावा नालो वख कर देने आ। नहीं ना, नहीं हां, असी दुनिया लौटने आ ते तू साडी फैक्ट्री चो साडा माल चोरी करके खा गया है कमीनिया। आए एदी लाश नु चुक के शहर दे चौक विच सुट दियो ताके लोकी अख्तर माछी दी दहशत नाल कंब दे रहे। लाला ओए जगा ठोरी, आ तैनू की बनिया मेरे भरावा, आए अख्तर माछी दे मोढे तो कदी तूफान ने कपड़ा नहीं हिलाया किसे दे ठुड्डे दे नाल, ए तोड़ मेरे सिर ते किवें पहुंच गई है, तेरा ए हाल किने कीता ओदा नाम दस। आए मेरा ए हाल वाल्टन दे जिद्दी राणे ने कीता। ओए जिद्दी राणा, आए नवा ना पुराना मार देना जिद्दी राणा, मार देना। ਸਿੱਧੀ ਰਾਣੇ ਦਾ ਵੱਡਾ ਭਰਾ ਏ। ਇਹ ਖਬਰ ਸੁਣਾ ਕੇ ਤੇ ਖੁਸ਼ ਕਰ ਦਿੱਤਾ ਈ, ਓਏ ਮੈਨੂੰ ਅਖਤਰ ਮਾਛੀ ਕਹਿੰਦੇ ਨੀ, ਮੈਂ ਕੋਰੀ ਪਾ ਕੇ ਤੱਕਾਂ ਇਹ ਦੰਦਲ ਪਾ ਦਿਆਂ। ਓਏ ਮਾਛੀਆ ਇੱਕ ਰਾਣਾ, ਓਏ ਤੇਰੇ ਜੇ 100 ਮਾਛੀਆਂ ਤੇ ਓਏ 12 ਹੁੰਦਾ ਈ। ਓਏ ਰਾਣਿਆ मारन ते निक्के नु चलिया सा, भारत वड्डे छोटे सारे रणे मार देने नी, ओ मार देने नी। ओ तेरी असी दी तैसी, ओए मेरे परा कलो तत्ती हवा भी लंगे त्यो भी मेरे कलो पुछ के नंग दिए, ए तू मेरे वीर नु ओ मारन दी गल पे करना है। आज तेरी जबान तेरे हालक चो बार कट के ओए तेरी तली ते रख देंगा। आज जिन्ने अख्तर माछी नाल दुश्मनी पाई है आदी मां ने हमेशा वैनी पाए ने, की नवे की पुराने आ मार देने ने सारे राणे। लाला जे जिद्दी राणे दा भरा है, आज एदा कन्न ला के पूरे लोर दे विच माछी आदी बदमाशी दा कद ऊंचा करना ऊंचा करना। ओए मच्छिया, ओए नहीं ओए, आज अख्तर माछी अपने छोटे प्रादी ख्वाहिश जरूर पूरी करेगा। ओए रानिया, ओए मच्छिया। Ah!
शेर नो जिदों भी काबू किया है ਤੁਹਾਡੇ ਵਰਗੇ ਕੁੱਤਿਆਂ ਨੇ ਓਏ ਪਿੱਛੋਂ ਹੀ ਵਾਰ ਕੀਤਾ लला जिन्नी देर तक मैं जिद्दी राणे नू परे बाजार च बेइज्जत ना कर दिता बात कर मेरे भरावा मैनू जिद्दी राणा मिल लैंदे ओनू मैं हो जिया बनागा जिवें लोहार लोया बनदे आ नवा ना पुराना मार देना जे जिद्दी राणा तेरी मौत तेनू इत्थे खिंच के ले आई है आज जिंदा बच के नहीं जावेगा ओ जगे टोरी ओ कदी पेड़ा ने भी शेर मारे ने ओ अज सिद्दी राणा तोड़े वर्गे पकड़ता दी ओ आप मौत बन के आया सिद्दे जाए ओए छूते बिच्छू ओए जिद्दी राणा जीउंदा ना जावे फड़ लो इनू ਜਿਹੜਿਆ ਚਮਚਿਆ Oh!
ਲੈ ਮੇਰੇ ਬਾਦਸ਼ਾਹ ਓ ਪੈਰ ਬਦਮਾਸ਼ਾ ਤੂੰ ਮੇਰੇ ਭਰਾ ਦਾ ਕੰਨ ਲਾਇਆ ਤੇ ਅੱਜ ਸਿਰਤੀ ਰੋੜਾ ਤੇਰੀ ਲੱਤ ਲਾ ਕੇ ਓ ਤੈਨੂੰ ਪੂਰੇ ਜੱਗ ਇਬਰਤ ਦਾ ਨਿਸ਼ਾਨ ਬਣਾ ਦੇਗਾ ਸਿੱਧਾ ਜਾਏ ओए मेरा नाम है सूदा कंजर मैं रखिया नहीं डब विच कदी भी खंजर अंदरो बाई नू लेके आए ओए बेटैमा मुजरा वेखन वाले हो जाओ दफा हो जाओ मेरी पनेवी आराम कर रही है ओ भी कल्या ओए मैं तानू किया सी मुजर दा टाइम नहीं होया ते तुसी गोलियां चलानियां शुरू कर दितियां ने आला ना मेरी प्रेमी ने ओ निबड़ लेती है तुहाडे नाल आहो ओ ओ आ गई मेरी प्रेमी खैरा हो जन आपे ही निबड़ेगी तुहाडे नाल आ गई जे आहो ਬਾਜ਼ੀ ਹੈ ਮੁਜਰਾ ਕਰਨ ਦੀ ਕੀਮਤ ਦੱਸ ਜੇ ਇਨਕਾਰ ਕੀਤਾ ਤੇ ਤੇਰੇ ਸਾਹ ਪੀ ਜਾਵਾਂਗਾ ਹੀਰਾ ਮੰਡੀ ਦਾ ਭੈਣ ਬਦਮਾਸ਼ ਹੋ ਕੇ ਤੂੰ ਕੋਠੇ ਦੇ ਅਸੂਲਾਂ ਤੋਂ ਨਾ ਵਾਕਿਫ ਨਹੀਂ ਹੋ ਸਕਦਾ ਜਾਓ ਚਲੇ ਜਾਓ ਇੱਥੋਂ ਸਾਡੇ ਆਰਾਮ ਕਰਨ ਦਾ ਟਾਈਮ ਹੈ ਓਏ ਅਸੀਂ ਹੀਰਾ ਮੰਡੀ ਦੇ ਸਾਰੇ ਅਸੂਲ ਜਾਣਨੇ ਆ ਜਦੋਂ ਚਾਹੀਏ ਤੋੜ ਦਈਏ ਗੋਲੀਆਂ ਚਲਾ ਕੇ ਸਾਨੂੰ ਡਰਾਉਣ ਆਇਆ ਸਾਡੀ ਦਹਿਸ਼ਤ ਨਾਲ ਤੇ ਆਹ ਵੀਰਾ ਮੰਡੀ ਕੰਬਦੀ ਏ ਓਏ ਉਹ ਜਿਸ ਬੱਦਲ ਤੇ ਵਸਣ ਦਾ ਦਿਲ ਵਿੱਚ ਖੌਫ ਹੋਵੇ ਓਏ ਵਸ ਪੈਂਦਾ ਹੈ ਇਸ ਤੋਂ ਪਹਿਲਾਂ ਤੜੀਆਂ ਜਾਨਾਂ ਮੌਤ ਦੇ ਮੂੰਹ ਚ ਆ ਜਾਣ ਓਏ ਨਸ ਭੱਜ ਜਾ ਓਏ ਜ਼ਿੰਦੇ ਨਾ ਜ਼ਿੰਦੇ ਓਏ ਨਸ ਭੱਜ ਜਾਏ ਕੁੱਤਿਆ ਠਹਿਰ ਜਾ ਜਵਾਨਾ ਅੱਜ ਅਸੀਂ ਵੀ ਹੀਰਾ ਮੰਡੀ ਦੇ ਸਾਰੇ ਅਸੂਲ ਤੋੜ ਦੇਵਾਂਗੇ ਪਾ ਜੱਫਾ ਓ ਤੂੰ ਤੇ ਪਾਸੇ ਹੋ ਜਾ ਸ਼ੇਰ ਦੇ ਪੈਰਾਂ 'ਚ ਵੀ ਜ਼ੰਜੀਰਾਂ ਪਾ ਲਈਏ ਓਏ ਉਹ ਵੀ ਕੁੱਤੇ ਤੋਂ ਬੱਤਰ ਹੋ ਜਾਂਦਾ ਓ ਸਾਨੂੰ ਤੇ ਆਪਣੀ ਜਵਾਨੀ ਦਾ ਹੀ ਬੜਾ ਨਸ਼ਾ ਹੈ ਨਾਲੇ ਤੂੰ ਸਾਨੂੰ ਕਿਹੜੀਆਂ ਇਸ਼ਕ ਦੀਆਂ ਝੂਠੀਆਂ ਰਾਵਾਂ 'ਚ ਓ ਪਾ ਲਗੀਏ ਫਿਰ ਸਿੱਧੀ ਰਾਣਿਆ ਤੇਰੀ ਜਿਦਾਰੀ ਵੇਖ ਕੇ ਨੀਲਮ ਆਪਣਾ ਹਾਰ ਗਈ ਜੀਣਾ ਵੀ ਤੇਰੇ ਨਾਲ ਤੇ ਮਰਨਾ ਵੀ ਤੇਰੇ ਨਾਲ
तेरे सामने हीरा मंडी दे सारे बदमाश खलोते ने। ओए आज इस बाजार च तेरी लाश जावेगी। ओए ओए रणा कंजरा च ते मारना सिद्धी राणा। आए ओए सिद्धी राणा। सिद्धी राणा। जे कोई होर भी रह गया ओए तेरा जुन भी बना लो ओए अज सिद्धी राणा ने हीरा मंडी दे ओ सारे कंजर मार देने ने नस्सी ना सिद्धी राणे इनु हथकड़ी ला लो ए गिरफ्तारी अक्सर मच्छी दी लत लाउन ते जुर्म च तैनू गिरफ्तार किया जा रहा है बाकी दे पर्चे ठाणे जाके कट्टे जानगे चल ओए तोती ओए नस चलिए ਓਏ ਪੁਲਸਾਂ ਪੈ ਗਈਆਂ ਉਹ ਜਿੱਤੀ ਰਾਣਾ ਆਪੇ ਹੀ ਸੋਹਰਿਆਂ ਦੇ ਚੌਲ ਖਾਂਦਾ ਫਿਰੇਗਾ ਓ ਬਦਮਾਸ਼ੀ ਦੇ ਜਿਹੜੇ ਪੁਲਸ ਤੇਰਾ ਕਾਨੂੰਨ ਨਹੀਂ ਟਾ ਸਕਿਆ ਓਏ ਉਹ ਸਾਹਮਣੇ ਆਪ ਜਗੇ ਨੇ ਓਏ ਹਾਲੀ ਅਖਤਰ ਮਾਛੀ ਤੇ ਉਹਦਾ ਟੋਲਾ ਫਰਕਾਇਆ ਤੇ ਕਰਦਾ ਲੈ ਕੇ ਆ ਗਏ ਓ ਹਾਲੀ ਤੇ ਜਿੱਤੀ ਰਾਣਾ ਨੇ ਬਦਮਾਸ਼ੀ ਦੇ ਸਾਰੇ ਸਾਹਮਣੇ ਦੇ ਗਏ ਨੇ ਓ ਸਾਨੂੰ ਪੁੱਛਦੇ ਨਾ ਜਿਹੜਾ ਨਹੀਂ ਆਂਦਾ ਤੁਹਾਡੀ ਗ੍ਰਿਫਤਾਰੀ ਲੈ ਲੈ ਤੇ ਇੱਕ ਗੱਲ ਯਾਦ ਰੱਖੀ ਇੰਸਪੈਕਟਰ ਓ ਜੇ ਤੇਰਾ ਕਾਨੂੰਨ ਬਦਮਾਸ਼ਾ ਤੇ ਜਗੀਰਦਾਰ ਆ ਕੇ ਓ ਇੰਜੀ ਚੱਪਦਾ ਰਿਹਾ ਤੇ ਦਲਦਾ ਦੇ ਕਚਹਿਰੀਆਂ ਚ ਓ ਜਿੱਦੀ ਰਾਣਾ ਦੇ ਨਾਂ ਗੂੰਜਣਗੇ ਓਏ ਪਲਾਜ਼ੇ ਦਾ ਕਬਜ਼ਾ ਲੈਣ ਵਾਸਤੇ ਇਹਨਾਂ ਨੂੰ ਭੇਜਿਆ ਸੀ ਉਹ ਭੇਡਾਂ ਬਣ ਕੇ ਆ ਗਏ ਨੇ ਤੇ ਬੰਦੇ ਵੀ ਮਰਵਾਏ ਨੇ ਓ ਭਾਈਜਾਨ ਓਏ ਭਾਈਜਾਨ ਦਿਆ ਕੁਝ ਲੱਗਦਿਆ ਨਾਕਾਮੀ ਸਾਡੇ ਵਾਸਤੇ ਬਹੁਤ ਵੱਡੀ ਗਾਲ ਹੈ ਤੇ ਕੋਈ ਸਾਡੇ ਮੂੰਹ ਤੇ ਸਾਨੂੰ ਗਾਲਾਂ ਕੱਢੇ ਇਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਓਏ ਇਹ ਕੰਧ ਚੁੱਕ ਕੇ ਬਾਹਰ ਸੁੱਟ ਦਿਓ ਸਲਾਮ ਖਲੀਫਾ ਜੀ ਉੱਥੇ ਹੀ ਖਲੋ ਜਾਏ ਮਾਛੀਆ ਉਹ ਕੱਲ ਦੇ ਬਾਲ ਕੋਲੋਂ ਜ਼ਲੀਲ ਹੋ ਕੇ ਉਹ ਇੱਥੇ ਕੀ ਲੈਣ ਆ ਗਿਆ ਜਾ ਦਫਾ ਜਾ ਇੱਥੋਂ ਜਿਹਨੂੰ ਤੁਸੀਂ ਬਾਲ ਆਖਦੇ ਹੋ ਖਲੀਫਾ ਜੀ ਉਹਦੀ ਜੁਦਾਰੀ ਦਾ ਕੱਦ ਦੇਖੋਗੇ ਤੇ ਤੁਹਾਡੀ ਬਦਮਾਸ਼ੀ ਦੀ ਪੱਗ ਜ਼ਮੀਨ ਤੇ ਆ ਜਾਏਗੀ ਬਕਵਾਸ ਬੰਦ ਕਰੋਏ ਐਣੀਆਂ ਤੋੜਨ ਵਾਲਾ ਤੂਫਾਨ ਖਲੀਫਿਆਂ ਦੇ ਸਿਰ ਦਾ ਵਾਲ ਨਹੀਂ ਹਿਲਾ ਸਕਦਾ ਤੂੰ ਬਾਜ਼ਾਰ ਚ ਬੇਇੱਜ਼ਤ ਹੋ ਕੇ ਸਾਡੇ ਕੋਲ ਕੀ ਲੈਣ ਆ ਗਿਆ ਓਏ ਜਾ ਚਲਾ ਜਾ ਤੇ ਗੋਲੀ ਮਾਰ ਦਿਆਂਗਾ ਮੈਨੂੰ ਜਿੱਤੀ ਰਾਣੇ ਦੀ ਲਾਸ਼ ਚਾਹੀਦੀ ਹੈ ਖਲੀਫਾ ਜੀ ਲਾਸ਼ ਚਾਹੀਦੀ ਹੈ ਹਰ ਕੀਮਤ ਤੇ ਸਿੱਧੀ ਰਾਣਾ ਉਹ ਕਿਸੇ ਬਲਾ ਦਾ ਨਾਂ ਲੈ ਮਾਛੀਆ ਸ਼ੇਰਾਂ ਦਾ ਸ਼ਿਕਾਰ ਕਰਨ ਵਾਲਿਆਂ ਨੇ
कदी कुत्ते बिल्ले नहीं मारे। ए सब की ये जगिया मेरी जिंदगी दी जमा पूंजी जमीना दे कागजात सब कुछ ले आया मन्नू खलीफा जी जिद्दी रहने दी लाज चाहिए है लाज। आज जगिया खलीफा अहमद यार नु तेरे ते तरस आ गया। हुन जा सुकून दी नींद सो। जिद्दी राणा हमेशा लई दी एंट। जदो दौरा होंदा वड्डे वड्डे पहलवान अपने अपने गत्ते लैके मेरे सामने सिर झुका के बैठे रहिंदे ने। ओए बटन बंद कर ओए ये तेरे प्यो दे घर दा ड्राइंग रूम नहीं जेल है। प्यू तक ना पहुंची ओए प्यू तक ना पहुंची जेल। ओ तेरे सामने जिद्दी राणा खलोता है। ओ जे मैं अपनी जेब से उड़ गया तेरी जेल दे कुत्ते कुत्ते ओ पाड़ के तेरी जेल दी चाली चक्की नु ओ जिद्दी राणे दा डेरा बना देंगा। आर यू शट अप मैं तेरे जे जिद्दियां दी जिद तोड़ना चंगी तरह जानदा। ओए इस राजपूत दी जिद तोड़न दा सोचन वाले दी कब्र ओ तेनू हर कब्रस्तान च मिलणगियां जलर। ओए दी हथकड़ियां खोल के इनू बारक च बंद कर दियो। ओए गत्ते गुत्ते पाड़न तो पहले इम्तिहान ते पास कर ले जिद्दी राणिया। ओए राजपूता जिद्दी राणा अगर माछी दा भरा तेरे सिर दी कीमत अपनी कुल जायदाद खलीफा अहमद यार दे पैरां च रखाया। ओए तेरी लाश दा तोहफा खलीफा अहमद यार नु भेजांगे। ओए कुत्तियां दा इधर इकट्ठा होके आ जाए ते ओ शेर दा शिकार नहीं कर सकदा। ओ तो तुसी सिर्फ
एक दो दिन पास उठते हो। आज मैं तड़ाव शर करूंगा कि साढ़े चाऊ चाऊ की आवाज खलीफा अहमद यार के कान पड़ जाएगी। ओए ਤੈਨੂੰ ਵੇਖਣ ਦਾ ਜਿੱਦੀ ਰਾਣੇ, ਅਸੀਂ ਤੇਰੇ ਸੱਚੇ ਆਸ਼ਿਕ ਜੋ ਹੋਏ। ਓ ਜਿੱਦੀ ਰਾਣਾ ਤੇਰਾ ਨਾਂ ਹੈ, ਤੇਰੇ ਖਰਾਕ ਦੀ ਬੜੀਆਂ ਧੂਮਾਂ ਸੁਣੀਆਂ ਸਨ। ਓ ਤੂੰ ਵੀ ਰਾਜਪੂਤ ਹੈ ਤੇ ਅਸੀਂ ਵੀ ਰਾਜਪੂਤ ਹਾਂ। ਓ ਤੈਨੂੰ ਸਾਡੀ ਲੋੜ ਹੋਵੇ ਨਾ ਹੋਵੇ, ਪਰ ਸਾਨੂੰ ਤੇਰੀ ਬੜੀ ਲੋੜ ਹੈ। ਆਹੋ ਆ ਬੜੇ ਵਰਿਆਂ ਤੋਂ ਜੇਲ੍ਹ ਦੇ ਕੁੱਕੂ ਬਾਸਨ ਰਾਜਪੂਤਾ, ਸ਼ੇਰ ਆਇਆ ਤੇ ਜੇਲ੍ਹ ਚ ਰਣਕਾ ਲੱਗ ਗਿਆ। ਸਾਡੇ ਮੁਹੱਲੇ 'ਚ ਇੰਨਾ ਸੋਹਣਾ ਮਸ਼ਹੂਰ ਸਾਨੂੰ ਪਤਾ ਹੀ ਨਹੀਂ। ਸੁਣਿਓ, ਆਓ ਕਿੱਥੇ ਤੱਕ ਜਾਣਾ ਹੈ, ਛੱਡ ਆਨੇ ਆ। ਆਪਣੀ ਭੈਣ ਨੂੰ ਸਕੂਲੋਂ ਲੈ ਆਇਆ ਜਿਹੜਾ ਮੈਨੂੰ ਛੱਡਣ ਦਾ ਕਹਿ ਰਿਹਾ, ਜਾ ਉਹਦਾ ਪਤਾ ਕਰ, ਕਿਤੇ ਉਹਨੂੰ ਕੋਈ ਹੋਰ ਨਾ ਲੈ ਗਿਆ ਹੋਏ। ਬਕਵਾਸ ਬੰਦ ਕਰਨੀ। ਸ਼ਫੀਕ ਜੱਟ ਤੇਰੀਆਂ ਆਨੀਆਂ ਤੂੰ ਸਦਕੇ ਜਾਵਾਂ ਜੱਟਾ, ਸਾਰਾ ਦਾ ਵਰ ਤੇਰੇ ਵਰਗਾ ਹੀ ਹੋਣਾ ਚਾਹੀਦਾ ਸੀ। ਓਏ ਆਪਣੇ ਆਪ ਨੂੰ ਕੱਜ ਕੇ ਰੱਖਿਆ ਕਰ, ਹਾਂਡੀ ਦਾ ਮੁੱਖ ਲਾਵੇ ਨਾ ਤੇ ਕੁੱਤੇ ਬਿੱਲੇ ਮੂੰਹ ਮਾਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਨੇ। ਤੇਰਾ ਹਰ ਹੁਕਮ ਸਿਰ ਮੱਥੇ ਤੇ ਜੱਟਾ, ਤੇਰਾ ਲਸ਼ਕਾਰਾ ਵੇਖ ਕੇ ਆਪਣਾ ਆਪ ਤੇਰੇ ਨਾਵੇਂ ਲਾ ਦਿੱਤਾ ਹੈ। ਹਾਂ ਸ਼ਫੀਕ ਜੱਟ, ਬੋਲ ਖਲੀਫਾ ਅਹਿਮਦ ਯਾਰ, ਕੀ ਹੁਕਮ ਹੈ? ਓਏ ਸਾਡਾ ਲਾਡਲਾ ਜੋ ਹੋਇਓ, ਇਸੇ ਲਈ ਸਾਡਾ ਨਾਂ ਲੈ ਕੇ ਸਾਨੂੰ ਬੁਲਾਉਣਾ ਹੈ ਤੂੰ ਸ਼ਫੀਕ ਜੱਟ। ਗੱਲ ਸੁਣ, ਸਾਨੂੰ ਤੇਰੇ ਵੱਲੋਂ ਚੰਗੀ ਖਬਰ ਆਉਣੀ ਚਾਹੀਦੀ ਹੈ।
ਨਿਕਲ ਦਿੱਤੀ ਰਾਣਿਆ ਮੌਤ ਤੇਰੇ ਸਿਰ ਤੇ ਆਣ ਖਲੋਤੀ ਏ ਰੰਗਬਾਜ਼ਾ ਜੇ ਮੇਰਾ ਭਰਾ ਇੱਥੇ ਹੁੰਦਾ ਤੇ ਹੁਣ ਤੱਕ ਤੂੰ ਆਪਣੇ ਪੈਰਾਂ ਤੇ ਖਲੋਤਾ ਲਾਉਂਦਾ ਓ ਕਿੱਥੇ ਤੇਰਾ ਭਰਾ ਆਵਾਜ਼ ਮਾਰ ਉਹਨੂੰ ਅੱਜ ਸ਼ਵੀਕ ਜੱਟ ਨੇ ਉਹਦਾ ਸਿਰ ਨਾ ਲੈ ਕੇ ਜਾਣਾ ਏ ਵਿਗੜਿਆ ਜੱਟਾ ਜੇ ਮੇਰਾ ਜ਼ਿੱਦੀ ਰਾਣਾ ਤੇਰੀ ਇਹ ਬਕਵਾਸ ਸੁਣ ਲੈਂਦਾ ਤੇ ਤੈਨੂੰ ਖੜੇ ਖਲੋਤੇ ਨੂੰ ਜ਼ਮੀਨ ਚ ਕਰ ਦਿੰਦਾ ਜੇ ਉਹਨੂੰ ਮਿਲਣਾ ਹੀ ਤੇ ਜਾ ਜਾ ਕੇ ਜੇਲ ਦੇ ਬੂਹੇ ਕੇ ਫਾਇਰਿੰਗ ਕਰ ਜੇ ਜੇਲਰ ਤੈਨੂੰ ਮਿਲਣ ਦਿੰਦਾ ਤੇ ਮਿਲ ਲੈ ਓਏ ਆਪਣੀ ਜਵਾਨੀ ਤੇ ਤਰਸ ਖਾਏ ਲੱਗਦਾ ਤੈਨੂੰ ਮਰਨ ਮਿੱਟੀ ਚੜ ਗਈ ਏ ਓਏ ਜਾਨ ਨਾ ਚਾਏ ਓਏ ਜੇਲ ਜਾਣ ਦੀ ਵਜ੍ਹਾ ਨਾਲ ਉਹਦੀ ਮੌਤ ਚੱਲ ਗਈ ਏ ਕਿਤੇ ਵੀ ਸਾਹਮਣੇ ਆਇਆ ਉਸ ਦੀ ਰਣਾ ਮਾਰ ਦਿਆਂਗਾ ਓਏ ਮਾਰ ਦਿਆਂਗਾ ਏ ਪੁੱਠੀ ਮਾਤਾ ਲੈ ਜੱਟਾ ਜਾ ਜਾ ਕੇ ਸੰਡੇ ਨੂੰ ਖੁਰਲੀ ਚ ਪੱਠੇ ਪਾ ਚੰਗਾ ਹੈ ਕਿ ਤੂੰ ਨਸ ਗਿਆ ਨਹੀਂ ਤੇ ਇਹ ਮੈਗਜ਼ੀਨ ਮੈਂ ਤੇਰੇ ਤੇ ਖਾਲੀ ਕਰਨੀ ਸੀ ਓ ਜੀ ਓ ਮੇਰੇ ਸ਼ੇਰ ਮਾਮਾ ਓ ਜੱਟ ਲੱਗਦਾ ਚੰਗੀ ਮੱਤ ਦਾ ਹੈ ਅਕਲ ਵਾਲਾ ਲੱਗਦਾ ਹੈ ਜਿਹੜਾ ਇੱਥੋਂ ਵਾਪਸ ਚੁੱਪ ਕਰਕੇ ਟੁਰ ਗਿਆ ਓ ਜੱਪਾ ਮਾ ਮਾਮਾ ਤੇ ਕਹਿੰਦੀ ਸੀ ਕਿ ਮੈਂ ਜ਼ਿੱਦੀ ਰਾਣੇ ਦੀ ਮੰਗ ਆ ਤੇ ਹੁਣ ਸਿਰ ਸੁੱਟ ਕੇ ਤੁਰ ਚੱਲੀ ਓਏ ਤੇ ਕਹਿੰਦੀ ਸੀ ਮੈਂ ਜ਼ਿੱਦੀ ਰਾਣੇ ਦੀ ਮੰਗ ਆ ਜ਼ਿੱਦੀ ਰਾਣਾ ਜੇਲ ਚਲਾ ਗਿਆ ਇਸ ਲਈ ਸਿਰ ਸੁੱਟ ਕੇ ਜਾ ਰਹੀ ਹੈ ਮੇਰਾ ਜ਼ਿੱਦੀ ਰਾਣਾ ਜੇਲ ਚਲਾ ਗਿਆ ਤੇ ਕੀ ਹੋਇਆ ਇਹਨਾਂ ਦਾ ਕੰਮ ਹੀ ਗਜਣਾ ਭਾਵੇਂ ਉਹ ਜੰਗਲ ਹੋਵੇ ਤੇ ਭਾਵੇਂ ਜੇਲ ਗੱਡੀ ਤੇ ਆਪਣੀ ਲੱਗਦੀ ਤੋਤੀ ਜਾ ਕੇ ਬਾਹਰ ਵੇਖ ਰਾਣਾ ਸਾਹਿਬ ਤੁਸੀਂ ਤੈਨੂੰ ਸੁਲਤਾਨ ਨੇ ਸਭ ਕੁਛ ਨਸ਼ ਦਿੱਤਾ ਸੋਹਣੇ ਰੱਬ ਦਾ ਲੱਖ ਲੱਖ ਸ਼ੁਕਰ ਹੈ ਮੇਰਾ ਪੁੱਤਰ ਅਥਰਾ ਤੇ ਜ਼ਿੱਦੀ ਜ਼ਰੂਰ ਹੈ ਪਰ ਬੇਗੈਰਤ ਨਹੀਂ ਮੇਰੇ ਜ਼ਿੱਦੀ ਰਾਣੇ ਨੂੰ ਸੱਤੇ ਹੀ ਖੈਰਾਂ ਨੇ ਪੰਚਨ ਪਾਕ ਦੇ ਸਦਕੇ ਚ ਮੇਰੇ ਜ਼ਿੱਦੀ ਰਾਣੇ ਨੂੰ ਸੱਤੇ ਹੀ ਖੈਰਾਂ ਨੇ ਕੌਣ ਤੂੰ ਕਿਤੇ ਜ਼ਿੱਦੀ ਰਾਣਾ ਦਾ ਨਾਂ ਸੁਣ ਕੇ ਓਏ ਉਹਦਾ ਜੇਲ ਦੀਦਾਰ ਕਰਨ ਤੇਰੀ ਆ ਗਈ ਮੈਨੂੰ ਵੇਖ ਕੇ ਮੂੰਹ ਕਿਉਂ ਫੇਰ ਲਈ ਸੋਹਣਿਆ ਸਜਣਾ ਓਏ ਮੈਂ ਦੁਬਾਰਾ ਮੁੜ ਕੇ ਵੇਖਾਂ ਤੇ ਮੈਨੂੰ ਇੱਥੇ ਨਜ਼ਰ ਨਾ ਹੀ ਰਚ ਗਏ ਉਹ ਕਿਉਂ ਤੇਰੇ ਨਾਂ ਦੇ ਨਾਲ ਜ਼ਿੱਦੀ ਰਾਣਾ ਦਾ ਨਾਂ ਜੁੜਿਆ ਉਹ ਮੇਰੀ ਗੈਰਤ ਦੁਬਾਰਾ ਨਹੀਂ ਕਰਦੀ ਜੇ ਤੇਰੇ ਤੇ ਕੋਈ ਔਖਾ ਵੇਲਾ ਆਵੇ ਉਹ ਮੇਰੇ ਕੋਲ ਉਹ ਵੇਲਾ ਬਰਦਾਸ਼ਤ ਨਹੀਂ ਹੋਣਾ ਰਚ ਗਏ ਮੇਰੇ ਕੋਲੋਂ ਤੇਰੀ ਜੁਦਾਈ ਬਰਦਾਸ਼ਤ ਨਹੀਂ ਹੋ ਰਹੀ ਸੀ ਆਪਣੇ ਇਸ਼ਕ ਦੇ ਹੱਥੋਂ ਮਜਬੂਰ ਹੋ ਕੇ ਤੇਰਾ ਦੀਦਾਰ ਕਰਨ ਲਈ ਆ ਗਈ ਰੱਬ ਕੋ ਦੁਆ ਕਰ ਲੱਚ ਗਏ ਕਿ ਸਾਡੀ ਇਸ ਕਾਟ ਕੋਠੀ ਤੋਂ ਜਾਨ ਛੁੱਟ ਜਾਏ ਤੇ ਅਸੀਂ ਤੇਰੇ ਨਾਲ ਵਾਅਦਾ ਕਰਦੇ ਹਾਂ ਕਿ ਅਸੀਂ ਤੈਨੂੰ ਬਾਹਰ ਆ ਕੇ ਆਪ ਹੀ ਮਿਲਾਂਗੇ ਇਹਨੂੰ ਆਸਰਾ ਦੇਣ ਵਾਲਿਆ ਮੈਨੂੰ ਵੀ ਤੇ ਦੱਸ ਦੇ ਮੈਂ ਕਿਹਦੇ ਆਸਰੇ ਰਹਿਣਾ ਮੈਂ ਵੀ ਤੇ ਆਪਣੀ ਜ਼ਿੰਦਗੀ ਤੇਰੇ ਨਾਵੇਂ ਲਾ ਦਿੱਤੀ ਏ ਨੀਲਮ ਤੂੰ ਤੇ ਇੱਥੇ ਨੀਲਮ ਇਹ ਕੌਣ ਹੈ
दीवानी है जिद्दी राणे दी, इश्क करनी है जिद्दी राणे ने। बकवास बंद करनी, जिद्दी राणा मेरा है। जिद्दी राणा तेरा है या मेरा, एदा फैसला ते आने वाला वक्त ही करेगा। मैं ते अपना आप उदो ही नावे ला दिता सी जदो उन्हें मेरी इज्जत बचाई सी। तवाइफ दे मुंह चो इज्जत दी गल पची नहीं, तवाइफ घर उजाड़ दिए बसाउन दी नहीं। ओए बस कर दियो, जिद्दी राणा एक दुश्मनदार है, अपनी कोई भी खुशी मनाने तो पहला ओए अपनी दुश्मनी दी जान दा लाड़ा बनेगा। रब राखा। खलीफा जी, तुसी हजे तक मनु जिद्दी राणे दी लाश नहीं दित्ती। ओए मासिया, जिद्दी राणे दे चेलो आण दा इंतजार करना पेगा, फिर ओदी लाश तेरे सामने आएगी। बस सलाम खलीफा जी। ओए तुहानू आख्या सी के जिद्दी राणा मार के फिर जेलों बाहर आयो, ओए मुंह चुके इत्थे की लैण आ गयो। मार ते उहनू जेल च ही देना सी खलीफा जी, जे जेलर उहनू साडी पारक चो कट के दूसरी पारक च ना भेजदा। उस राणे दी आप ही जमानत करा के खलीफा जी उहनू मार दियो। बस जिद्दी राणे नू मारना इन्हां दे वस दा काम नहीं, उहनू मारन वास्ते कोई पक्का पीड़ा हाथ पाना पेगा। शफीक जट, तुहाडे सारियां दियां गल्लां सुन के लगदा है कि बाज चिड़िया कोलों डरन लग पए ने। ओए जिद्दी राणिया, तैनू तेरे साथियां समेत मार के पंजाब की धरती तो राणियों की तारीख ही मिटा देंगा। अच्छा रब राखा। अदालत पेशी तो पहला दाता हजूर नूं उहदा आशक हाजरी जरूर देन जाएगा। पर कानून इजाजत दे देगा जे जेल सुपरिटेंडेंट मुनकर ना होया, इजाजत जरूर मिलेगी। और तुसी जाओ यार, ते बार मुलाकातां होणगीआं। रब राखा। रब राखा। रब राखा। रब राखा। ओए ते मैं जरा तू भी डरना दो दो हाथ से करना। ओ किधर है? ओ परसों साड़ी तारीख है, ते तारीख तो जान तो पहला असा दाता हजूर हाजरी दी तेरे सब को इजाजत लेनी है। ओए ना तेनु उधर जान दी ज्यादा मिलनी ते ना जेलर साहब नु मिलन दी ज्यादा मिलनी। ओए जा, ओ जाके अपनी चक्की च सो। ओए उठ, ओए आज चारी चक्की च मैं नहीं, तू ते तेरा अमला रोगे ते जेल दे अस्पताल पड़न गए। पेशे नजर मैं तेनु इजाजत नहीं दे सकता, मेरी मजबूरी है। ओ साहब, मैनु दाता हजूर तो हाजरी लान तो तेरी कोई मजबूरी नहीं रोक सकती। नाले साहब, दाता हजूर दे आशक मजबूर नहीं हुंदे।
हाई कमांड नाल गल करांगा ते कोशिश करांगा तुहानू इजाजत मिल जावे। ते सुन, असी भी दाता दे मनन वाले आ। खलीफा अहमद यार दे पलादे दे कब्जा करके ओदी बदमाशी दी हिक उत्ते ऐसा किला ठोकिया है कि सारी उम्र एनू पुड़दा पुड़दा एंदियां नीयां च आप दफन हो जावेगा। ਸਾਡੇ ਪਲਾਜ਼ੇ ਤੇ ਕਬਜ਼ਾ ਕਰਕੇ ਆਪਣੀ ਪੂਰੀ ਨਸਲ ਮੁਕਾਉਣ ਦੀ ਪਹਿਲ ਕੀਤੀ ਹੈ। ਇਸ ਸਟੰਪ ਪੇਪਰ ਤੇ ਅੰਗੂਠੇ ਜਿਉਂਦੇ ਜੀ ਲਾਏਗਾ ਜਾਂ ਫਿਰ ਸਾਡੇ ਬਾਰੇ ਚ ਬੁਰਾ ਸੋਚਣ ਵਾਲੇ ਨੂੰ लालू बग्याल जिंदा नहीं छड़ता। नहीं, अब्बा जी यही है पुत्र। वरे बात सीने ना लाया जे, कलेजे ठंड पै गई। अब्बा जी ओए मेरे पुत्रा, मैं तो तेनों वड्डा अफसर बनाण दे ख्वाब वेख रहा सा। जहीर पुत्र तू की बन गया, की बन गया जहीर पुत्र? इस यकीन दे नाल अपने अथरू पूछ लो अब्बा जी के तुहाडा पुत्र मुजदल ते बगैरत नहीं। जहीर वीर सच्चा खेजा। आहो लाला, इस जग च किसे बगैरत ते जालम दा हाथ तकना जुर्म है ते फिर मेरे तो वड्डा मुजरम कोई नहीं। ओए वैरिया, ओए मेरा शेर वीरा, ओए घर बैठी मां नू ओए किस जुर्म दी सजा पिया देना यार। मैनू कसम है अपनी मां दी पाक दामनी दी, लाला मैं किसी ते जुल्म हुंदिया वेख के बर्दाश्त नहीं कर सकता। ओ मैनू फकर है लाला के मेरिया रगां च ओ गैरतां दे प्यो दा लहू है। ओ जिन्ने सारे हयाती गैरत तो कतल करके ओ अपनी जिंदगी जेल दे नावे ला दित्ती। राणा जहीर अब्बास वल राणा शब्बीर हाजिर हो। पैंतन पाक दे सदके बरी मेरा पुत्र जा। खलीफा जी, तुसी इत्थे
जश्न मना रहे हो ते उधर जिद्दी राणे दी जमानत तो हो गई है। अच्छा क्या अरे असी आप ही अपने दुश्मन की जमानत कराइए इस लिए जश्न मना रहे हैं। हाँ मेरा भरा अगले जहान टुर गया खलीफा जी, मेरे भरा दे कातल नू मारन दी बजाए ओ तुसी ओदी जमानत करा दी है खलीफा जी। ए की कीता जे खलीफा जी की कीता जे। बकवास बंद करो जगिया, असी हर काम तेरे को पूछ के करना है। मैं तुहाडे हुक्म दा मुंतजर हां खलीफा जी, नहीं ते जिद्दी राणे दियां मोदियां खबरां हुण तक टीवी चैनलां ते चल गए होणियां सन। ओए जट्टा लालू बग्याल अपने शिकार नु शिकार करन तो पहले ओनू मौज मस्ती करन लई जंगल च खुला छड्ड दिंदा, ताकि मरण तो पहले ओदे दिल च कोई हसरत ना रवे। ओए अज उस सिद्धी राणे नु खुशियां मना लैन दियो, ताकि कल कबर जान तो बाद ओदी रूह तड़पदी ना रवे। जिद्दी राणा एक विच वजदानी।
गल सुनी दिए चैन हर पास लोकी कैन एदे वर्गा नी हीरा लभदा नी जिद्दी राणा ए इक विच वजदा नी जिद्दी राणा ए इक विच वजदा नी ओए पता लगा लाहौर शहर च खबर बड़ी गरम है। आहो यार ओ शेर दा शिकार करन लई बकरी दा चारा पा रहा है। खोल के गल करो ए की बुझारता पा रहे हो। ओए अख्तर माछी दे परा जगा टोरी ने अपने परा दे कतल दा बदला लैन लई अपनी सारी जमीन ते जायदाद खलीफा अहमद यार दे पैरां च रख दित्ती है। ओए लालू बगियान ने जिद्दी राणा मारन दी कसम खा लीती है। ओए लाहौर शहर दिया कुतिया चोरा ने रल ली गई ने ते सिद्धी राणे नु मारन दिया कसमां खा लैणिया नु। ओए अच सिद्धी राणे दे अक्के लाके नस्या ओ पूरा लाहौर शहर वेखेगा। ओए इत्थे ही खला जाए बड्डिया बदमाशा। ओए बदमाशी करण तू पहला जा जा जाके अपने चाचे दी कबर वेख। अपने प्यो की जवानी जेल च रुलदिया वेख के भी तेन समझ नहीं आई ते अपनी मां नु सुहागण होने के बावजूद बेवा वाली जिंदगी गुजार दे समझ जाना तू। ओए तेरी बदमाशी ने भरा दा कल लवा दिता। तेरी बदमाशी की वजह नाल बदमाश साडे घर आ लग पे ते अज पूरे लाहौर शहर दे बदमाशा ने तैनू मारन दिया कसमा खा लिया ने। ए की कह रहे राणा साहब? मैं ठीक कह रहा सुल्तान ए सारा तेरिया हला शेरिया दी वजह नाल है। ओए मैं अपने पुत्रा नू लाहौर शहर इसलिए तेरे को भेजिया सी कि तू उन्हां नू पढ़ा लिखा के वड्डा अफिसर बनाएगा पर तू ते उन्हां नू बदमाशी दा सबक दिंदा रहे ते अज मेरे पुत्र लाहौर शहर दे बदमाश ने। मैं ज़हीर पुत्र नू मामा बन के नहीं यार बन के पाले ओदियां रगां च भी बड़ा खैरता लहू है इसे लई ते पराई अगे च छाल मारदा है। खैरत ते लड़न वाले नू लोकी बदमाश नहीं खैरतमंद कहंदे ने। खैरतमंद राणा साहब के गल है फिर क्या इनू जेने पढ़ाई आगे छाल मारन तो बाज नहीं आना ते फिर मैनू गोली मार देवे क्योंकि इस उम्र में अपने जवान पुत्र की लाश अपने मोढ़े ते चुके वापस पिंड नहीं जा सकता। ओए अब्बा ਪਰਾ ਘਰੇ ਤੋਂ ਕਤਲ ਹੋਣ ਵਾਲੇ ਰਾਣੇ ਬਸ਼ੀਰ ਦਾ ਹੋਵੇ ਉਹ ਪੁੱਤਰ ਦਾਦੇ ਸ਼ਫੀ ਦਾ ਹੋਵੇ ਉਹ ਪਿਓ ਸਿੱਧੀ ਰਾਣੇ ਦਾ ਹੋਵੇ ਤੇ ਦੁਸ਼ਮਣਾਂ ਦੀਆਂ ਕਸਮਾਂ ਦਾ ਸੁਣ ਕੇ ਉਹ ਮੈਨੂੰ ਸੰਗਲ ਪਾਵੇ ਉਹ ਤੇਰੇ ਅੰਦਰ ਦਾ ਰਾਜਪੂਤ ਦਾਦੇ ਸ਼ਫੀ ਨੂੰ ਦਬਾਉਣ ਤੋਂ ਬਾਅਦ ਓਏ ਉਹ ਦਬਨ ਤੇਰੀ ਹੋ ਗਿਆ ਰੱਬ ਦੀ ਸੰਗ ਰਾਜਪੂਤ ਨੂੰ ਮਾਰਨ ਦਾ ਸੋਚ ਲੈਂਦੀਆਂ ਉਹ ਪੂਰੀਆਂ ਨਸਲਾਂ ਦਾ ਤਬਾਹ ਕਰ ਦਿਓ ਤੂੰ ਮੈਨੂੰ ਰਾਣੇ ਸ਼ਫੀ ਦਾ ਪੁੱਤਰ ਉਹ ਕਿੰਨੇ ਕਹਿਣਾ ਹੀ। ओए ज़हीर
ओए मशहूक ते बड़ा ही सोना है। ओए शराब दे नाल शबाब दा भी अपना मजा है। सोनी मशहूक ते दिल्ली साड़ा ले गई भाई। बड़ी अथरी है भाई। ओए सोना मशहूक अथरा ही होंदा। ओए ओए आए मशहूक सोना होवे कम से नोवे ते एनु साडे बेड ते होना चाहिदा। शर्म करो वे बगैर तो जानदे नहीं जे मैं शफीक जट दी मांगा। जे ओनु तुहाडी इस हरकत दा पता चल गया ते तुहाडे लिए एक नवा कब्रिस्तान बना देगा। ओए चटा असी तेनू कदी भुख नहीं आन दिती। ओए कुत्ते हमेशा मालकां दे पैरां च बैठे रहंदे ने। ओए बकवास बंद कर पैरां दियां जुत्तियां सिर ते आ जान ते बड़ियां पैड़ियां पेंदियां नी खलीवा। अपनी औकात च रे गल जट दी इज्जत ते गैरत ते आ गई खलीवा। ਅੱਜ ਮੈਂ ਤੈਨੂੰ ਜਿਉਂਦਾ ਨਹੀਂ ਛੱਡਾਂਗਾ। ਓਏ ਚੱਟਾ ਨਹੀਂ ਛੱਡਾਂਗਾ। ਬਸ ਓਏ ਬਸ ਸ਼ਫੀਕ ਜੱਟ ਬਸ। ਜਿਹੜੀਆਂ ਬਾਵਾਂ ਸਾਡੇ ਕੱਲ ਨੂੰ ਪੈ ਜਾਣ ਅਸੀਂ ਉਹਨਾਂ ਨੂੰ ਵੜ ਦਿੰਨੇ ਆ। राणा तू ओ यार मारा अपने सारे बगैरत कट्ठे करके ओ अपने यार नु मारन आ गया। अज सिद्धी राणा इस शहर चो इस सारी बगैरती दा गंग ओ मुका देगा। सिद्धी अजय बस कर दे राणा बस कर दे। मनु पता है तू बड़ा जिद्दी है पर मैनू ना मारी। ओए मान रहा था तेनू पहला भी नहीं सी। जे तेनू मार दिता ते तेरे तो वड्डे कुत्ते नू कौन जाके दसेगा के तेरे नाल कुत्तियां ली होई है। नस ओए कुत्तिये नस नस। जिद्दी राणिया तेरे वर्गे गैरतमंद नूं शफीक जट अपने सीने नाल लाना चाहुंदा है। ओ गैरतमंद ते दुश्मन वी होवे जट्टा ते जिद्दी राणा उहदी कदर करदा है तेरी ते थां फेर साडे सीने च। अस्ते भाई अस्ते। ओए अज ते फेर लंबे जशन होणगे।
तू उत्थे क्यों नहीं मर गया बगैरता? मुंह ते पट दे निशान लवा के साडे नक ते टक लवा दिता ई। ओए कल दे पाल कोलो पिस्ते करा के लालो बगैर दी बदमाशी नू गंदा कर दिता ई। भाई जान, मैं ताडे नक ते निशान नहीं लवाया ते ना ही तेरी बदमाशी नू गंदिया कीता लालो बगैर। जो कुछ भी कीता है ताडे टुकड़िया ते पलन वाले उस शफीक जट ने कीता है, जेड़ा अज ताडे दुश्मन जिद्दी राणे दा यार बन गया है। साडे टुकड़िया ते पलन वाला ओ शफीक जट जे साडी खादी रोटी पल के साडा नमक हराम करी गया ते फिर ओ जट ते सिद्दी राणा ओना दिया ते मैं नस्ला मुका देंगा। ओने जिदी खातिर सानू छड़िया है आज सिद्दी राणे नू ए दुनिया छड़नी पाएगी। ए लालू बग्यार ओना दोवां दियां लाशां लेके तुहाडे पैरां च सुट्टेगा पाजल, तुहाडे पैरां च। अज तेनो मार के तेरे अगे पिछे रोन वाला भी कोई नहीं सी छड़ना, पर की करा सामने सिर तो खलोते ने। ओ पोंगड़ा बंद करो जे कुत्तियां दे पंखां दे नाल ओ शेरां नूं दंगल पैंदी ते जंगल च शेरां दे नहीं कुत्तियां दा राज होणा सी। ओए मौत दे सामणे खलो के तेरी फड़कलियां तो सदके जावां बारी जावा। ओए ओए राणे सलमान दे हुंदे आ हुंदे यार अल मौत किवें बच सकदी है? ओए की कीता ई सलमान? ओए मरी ना। ओए सलमान, ओए ओए लालू सिद्धे आ जाए।
साढ़े तो कुर्बान होना लो राजपूत दिया नस्ल सारी हयाती तेरी यारी नु सलाम कर दिया रहनगिया असा तेरी लाश दे आसे पासे लश दे ढेर ला दिते ने ते अपनी यारी दी सलामी पेश कर दिती है सलामी पेश कर दिती है। नसीना दीदी राणिया नहीं ते गोली मार देंगे। ओ इंस्पेक्टर राजपूत अगे ला के नसते नहीं अगे ला के नसांदे ने लगदा कि तू कानून दी अग चक पान वाला ओ शेर पहली बारी देखिया ओए कान खोल के सुनो शरीको जे मैं आज अपना एक एक शरीक ना मार दिता तो मैनू पंजाब दा दीदी राणा ओ किन्ने केड़ा है जी खलीफा जी ओए इंस्पेक्टर मेरे प्रामा दे जिस्म ते फट लाने वाले उस जिद्दी राणे दे जिस्म ते जिन्ने फट लाएगा ओने नोटां दीआं कापियां तैनू होर देंगा उस पहलवान जिद्दी राणे नू हस्पतालों कट के ओदा मुंह मौत वल मोड़ दे। खलीफा जी ताड़ा आर्डर ते लोहे दा आर्डर ओ इंस्पेक्टर तफ्तीश दे बाने ओ पड़वैये दा पुलिस मुकाबला कर लै जान ते तेरी निकली गई होनी मेरी शक्ल देख के दीदी राणे ते बाकी दी जान ए खबर सुन के निकल जाएगी के खलीफा अहमद यार दे भरा हस्पताल तो जिंदा घर पहुंच गए। खलीफा अहमद यार ने बयाना ही इन्ना तो दे दिता है कि तेरा पुलिस मुकाबला मेरे ते वाजिब हो गया। ओ सो हाथ रसा ते सिरे ते गंडे के रिश्वत खोर पुलिस वाला ओ कदी पुलिस मुकाबले तो ओ बाज नहीं आया ओ शुरू कर ओए साडे सीने दा पुलिस मुकाबला तेरियां नियां गोलियां दा छट्टा ओ सिद्दी राणा कोई वार च चप जाएगा ठटके ओए दीदी राणिया तेरी मरण मिट्टी तो ओ सदके ना जावे मुसलमान तो सूर दा सदका हरामी आए मेरा मुंह की बेखरे जे बन के रख दे दीदी राणे नु ठीक जटते हुंदिया ओदे यार दीदी राणे नु कौन मार सकता है। अ तगड़ा आजा दीदी राणे अ तेरे यार आ गए ने अ जियो शेरो दीदी राणा ओए सीधा जा रिश्वत खोरा तेनु क्या सी ना के मुसलमान तो ओ सूर दा सदका हरामी मैनु माफ कर दे दीदी राणे मेरी जान बख्श दे ਤੈਨੂੰ ਖੁਦਾ ਤੇ ਉਹਦੇ ਰਸੂਲ ਦਾ ਵਾਸਤਾ ਦਿੱਤਾ ਹੀ ਓਏ ਵਾਸਤਾ ਵੀ ਪਾਇਆ ਹੀ ਸੋਹਣੇ ਰੱਬ ਤੇ ਉਹਦੇ ਨਬੀ ਦਾ ਚਾਏ ਤੈਨੂੰ ਉਹਨਾਂ ਦੇ ਸਦਕੇ ਓਏ ਮਾਫ ਕੀਤਾ ਹੀ ਓ ਸੱਤੇ ਹੀ ਖੈਰਾ ਸਾਡੇ ਯਾਰ ਨੂੰ ਆ ਚੱਲ ਯਾਰ ਘਰ ਚੱਲ ਗਏ ਓ ਮਾਂ ਘਰ ਟਿਕ ਗਈ ਹੋਣੀ ਹੈ ਓ ਨਹੀਂ ਜੱਟਾ ਮਾਂ ਨੂੰ ਮਿਲਣ ਤੋਂ ਪਹਿਲਾਂ ਵੈਰੀਆਂ ਦੇ ਘਰ ਪੇੜਾ ਪਾਣਾ ਹੈ ਤੇ ਨਿਉਂਦਰਾ ਮੋੜਨਾ ਓ ਸ਼ਰੀਫਾ ਮਲ ਯਾਰ ਤੇ ਲਾਲੂ ਬਗਿਆੜ ਨੂੰ ਰਾਣੇ ਸਲਵਾਨ ਦੀ ਓਏ ਮੋਦਾ बदले आज तेरे सारे दिए नसला बंद के रख देंगा ओए मेरे यार दे कातला ओए तेरा कातल भी मैं ही हूं ओ तेरी ऐसी दी तैसी जिद्दी
ਵੇਖਲਾ ਸ਼ਫੀਕ ਜੱਟ, ਆਪਣੇ ਯਾਰ ਦੀ ਕਬਰ ਦੀ ਮਿੱਟੀ ਠੰਡੇ ਆਉਣ ਤੋਂ ਪਹਿਲਾਂ ਓਏ ਉਹਦਾ ਕਾਤਲ ਅਗਲੇ ਜਾਨ ਤੋੜ ਦਿੱਤਾ ਈ।
बहुत बहुत चमन लग्या सौ वारी सोचेगी। ओए कोई मने ना मने पर मैं मन गया उस जिद्दी राणे नू। जवान हो जड़ा जवान दी कदर करे। ओए लालू अपने परा दे कातल दे कसीदे पढ़न लग पिया तू। आहो लाला उस जिद्दी राणे ने साडा वीर मार के अपनी बदमाशी का कद और उच्चा कर लिया। अच्छे लालू बघियार आज सिद्धि राणा नु मार के ओदी लाश अपने पैरां सुट के ओदे अगे पिछे रोण वाला भी कोई नहीं रहण देना, कोई नहीं रहण देना। ओए शकील और मैनू तो तेरी समझ नहीं आती ज़हीर नु दरियाओ पार भेजण दी बजाय ओ तुहानू इत्थे क्यों रुकण दित्ता। ओ तुहानू ते पता बाजी को किड्डा जिद्दी है। ओ मेरी कनीजे मानदा ओ इसे लई मैं तुहानू लैके आया। ओए ओनू कुछ समझाओ अब्बा जी। ओए ओ जिद्दी है ते तू ते समझदार है ना ते नाले तैनू ते पता है ना खलीफा अहमद यार दा भरा कतल होया है कोई कुत्ता नहीं मरिया। ओए शकील तैनू क्यों नहीं समझ आउंदी ओए इत्थे ओदे वास्ते खतरा ही खतरा है। ਜਿੱਦੀ ਰਾਣੇ ਦਾ ਪਿਓ ਤੇ ਭਰਾ ਨੇ ਓ ਲਾਲੋ ਬਗਿਆਰ ਨੇ ਕਦੇ ਆਪਣੇ ਸ਼ਿਕਾਰ ਨੂੰ ਦੂਜਾ ਸਾਹ ਨਹੀਂ ਲੈਣ ਦਿੱਤਾ। ਭਰਾ ਦੇ ਬਦਲੇ ਭਰਾ ਤੈ ਨਿਉਂਦਰੇ ਚ ਪਿਓ ਦੀ ਲਾਸ਼ ਦਿਆਂਗਾ ਬਸ ਜਿੱਤੇ ਰਾਣੇ ਨੂੰ। ਓਏ ਬਗਿਆੜਾ ਓ ਤੇਰੀ ਅਸੀਂ ਦੀ ਤੈਸੀ ਓਏ ਸਾਡੇ ਪਿਓ ਦਾ ਨਾਂ ਆਦਮ ਨਾ ਲੈ ਓਏ। ਅੱਛਾ ਆ ਬੜਿਆ ਆ ਬਾਜੀ ਆ ਬਾਜੀ ਆ ਦਸ਼ਮਲਾ ਆ ਬਾਜੀ ਆ ਬਾਜੀ ਆ ਚੰਗਾ ਹੋਇਆ ਜ਼ਿੱਦੀ ਰਾਣਿਆ ਤੂੰ ਆਪ ਹੀ ਸਾਹਮਣੇ ਆ ਗਿਆ ਨਹੀਂ ਤੇ ਅੱਜ ਤੈਨੂੰ ਲੱਭਣ ਲਈ ਲਾਲੋ ਬਗਿਆੜ ਨੇ ਪੂਰੇ ਸ਼ਹਿਰ ਨੂੰ ਕਬਰਿਸਤਾਨ ਬਣਾ ਦੇਣਾ ਸੀ। ਓ ਬਗਿਆੜਾ ਸ਼ਹਿਰ ਤੇ ਵਾਰ ਕੀਤਾ ਹੀ ਤੇ ਹੁਣ ਨਸੀ ਨਾ ਆਏ ਅੱਜ ਮੈਂ ਤੇਰਾ ਹਾਸ਼ਰ ਕਰਾਂਗਾ ਕਿ ਖਲੀਫਾ ਅਹਿਮਦ ਯਾਰ ਓ ਬੈਨ ਬਾਬਾ ਕੇ ਕਹੇਗਾ। ਓ ਬਸ ਕਰ ਦੇ ਰਾਜਪੂਤਾ ਓ ਬਸ ਕਰ ਦੇ ਓਏ ਨਿਕਲਣ ਵਾਲੀ ਗੱਲ ਕਰੋ ਲਾਲੂ ਸਾਹਿਬ ਜਿੱਦੀ ਰਾਣਾ ਵੈਸ਼ੀ ਹੋ ਗਿਆ ਜੇ ਲਾਲੋ ਪਖਿਆੜ ਅਜ ਤੱਕ ਮੈਦਾਨ ਛੱਡ ਕੇ ਦੌੜਿਆ ਨਹੀਂ ਆਏ। ਲਾਲੂ ਸਾਹਿਬ ਮੇਲਾ ਜਾਰੀ ਦਾ ਨਿਕਲੋ ਆਓ ਲਾਲੋ ਕੱਢੀ ਕੱਢੇ ਲਾਲੂ ਸਾਹਿਬ ਚਲੋ ਲਾਲੂ ਸਾਹਿਬ ਬੈਠ ਜਾਓ ਗੱਡੀ ਚ ਬਹਿਣ ਵਾਲੀ ਗੱਲ ਕਰੋ ਲਾਲੂ ਸਾਹਿਬ ਪੁੱਤਰ ਸ਼ਕੀਲ ਪਾਸ਼ ਵੀ ਤੁਸੀਂ ਠੀਕ ਹੋ ਮਾਮਾ ਜੀ ਉਹ ਠਹਿਰ ਜਾ ਮਾਮਾ ਇਹ ਨਸਦਾ ਕੁੱਤੇ ਦਾ ਇੱਜੜ ਮਾਰ ਲੈਂਦੇ ਆਪਣੇ ਆਪਣੇ ਵੇਖ ਓਏ ਅੱਬਾ
ओए अब्बा होश कर, ओए अब्बा मरी ना, अब्बा! खस कम जहां पाक। Good day।
ਇੱਥੋਂ ਨਿਕਲਣ ਵਾਲੀ ਗੱਲ ਕਰ ਜ਼ਹੀਰ ਪੁੱਤਰ, ਤੇ ਤੈਨੂੰ ਰੱਬ ਦਾ ਵਾਸਤਾ ਹੀ ਹਸਪਤਾਲ ਜਾਣ ਦੀ ਜ਼ਿੱਦ ਨਾ ਕਰੀ। ਉੱਥੇ ਪੁਲਿਸਾਂ ਦੇ ਪਹਿਰੇ ਨੇ ਤੇ ਪੁਲਿਸ ਇੱਥੇ ਵੀ ਕਿਸੇ ਟਾਈਮ ਆ ਸਕਦੀ ਹੈ। ਮਾਮਾ ਜੀ ਠੀਕ ਕਹਿ ਰਹੇ ਨੇ ਰਾਣਾ ਸਾਹਿਬ। ਓਏ ਮੈਨੂੰ ਆਪਣੀ ਮਾਂ ਤੇ ਭਰਾ ਨੂੰ ਮਿਲਣ ਤੋਂ ਪੂਰੇ ਜ਼ਿਲ੍ਹੇ ਦੀ ਪੁਲਿਸ ਨਹੀਂ ਰੋਕ ਸਕਦੀ ਮਾਮਾ। ਉਹ ਵੇਲਾ ਟਪਾਈ ਦਾ ਯਾਰ, ਮਾਮਾ ਜੀ ਠੀਕ ਕਹਿੰਦੇ ਨੇ। ਸਮਝਣ ਦੀ ਕੋਸ਼ਿਸ਼ ਕਰ ਯਾਰ, ਅਗਰ ਕੋਈ ਮਸਲਾ ਹੋ ਗਿਆ ਤੇ ਸਾਡੇ ਕੋਲ ਵੈਰੀ ਨਹੀਂ ਮਾਰੇ ਜਾਣੇ। ਓਏ ਮੈਨੂੰ ਬੁਜ਼ਦਿਲੀ ਨਾ ਜੀਣ ਦਾ ਖਿਤਾਬ ਨਾ ਦੇ। ਓਏ ਓ ਯਾਰ, ਸਮਝਦਾਰੀ ਬੁਜ਼ਦਿਲੀ ਨਹੀਂ ਹੁੰਦੀ। ਤੇਰੇ ਵੱਲ ਆਉਣ ਵਾਲੀ ਮੌਤ ਨੂੰ ਅਸੀਂ ਆਪਣੀ ਹਿੱਕ ਤੇ ਡਕਾਂਗੇ, ਤੇ ਖਲੀਫੇ ਨੂੰ ਮਾਰਨ ਤੋਂ ਪਹਿਲਾਂ ਅਸਾਂ ਗ੍ਰਿਫਤਾਰੀ ਨਹੀਂ ਹੋ ਦੇਣੀ। ਓਏ ਓਏ, ਆਪਣੇ ਪਿਓ ਤੇ ਰਾਣੇ ਸਲਮਾਨ ਦੇ ਕਾਤਲਾਂ ਨੂੰ ਮਾਰਨ ਤੋਂ ਪਹਿਲਾਂ ਮੌਤ ਹੀ ਮੇਰੇ ਲਈ ਤੇ ਉਹਦਾ ਵੀ ਮੂੰਹ ਮੋੜ ਦੇਗਾ। ਤੇ ਅੱਜ ਲਾਹੌਰ ਦੇ 12 ਦਰਵਾਜ਼ਿਆਂ ਤੇ ਖਲੀਫਾ ਅਹਿਮਦ ਯਾਰ ਦੇ ਖੂਨ ਨਾਲ ਜ਼ਿੱਦੀ ਰਾਣੇ ਦੇ ਇੰਤਕਾਮ ਦੀ ਨਵੀਂ ਤਾਰੀਖ ਲਿਖ ਦੇਗਾ। ਸ਼ੇਰ ਤੇ ਰਾਣਾ, ਵਾਹ ਸ਼ੇਰ ਪਿਓ ਦੇ ਸ਼ੇਰ ਪੁੱਤਰਾ, ਇਸੇ ਲਈ ਤੇ ਮਾਵਾ ਰੱਬ ਕੋਲੋਂ ਤੇਰੇ ਵਰਗੇ ਪੁੱਤਰ ਮੰਗਦੀਆਂ ਨੇ। ਓਏ ਜਿੱਥੇ ਪੈਰ ਉੱਥੇ ਖੈਰ, ਅੱਲਾ ਖੈਰ। ਰੱਬ ਦੀ ਰਜ਼ਾ ਤੇ ਰਾਜ਼ੀ ਹੋਣਾ ਹੀ ਪੈਂਦਾ। ਟੋਰਾ ਪਿਓ ਨੂੰ ਓਏ ਬਗਿਆੜਾ, ਆਏ ਮੇਰੇ ਕੋਲੋਂ ਤੇਰਾ ਦੁੱਖ ਬਰਦਾਸ਼ਤ ਨਹੀਂ ਹੋ ਰਿਹਾ। ਲਾਲੂ ਬਗਿਆੜ ਐਡਾ ਵੀ ਜ਼ਾਲਿਮ ਨਹੀਂ ਕਿ ਪੁੱਤਰ ਨੂੰ ਪਿਓ ਕੋਲੋਂ ਦੂਰ ਰੱਖੇ। ਚੱਲ ਤੂੰ ਦੱਸ, ਕਲਮਾ ਮਰਨ ਤੋਂ ਪਹਿਲਾਂ ਪੜੇਗਾ ਜਾਂ ਮਰਨ ਲੱਗਿਆ ਪੜੇਗਾ? ਹੈ ਓਏ, ਕਲਮਾ ਤੇ ਅੱਜ ਤੂੰ ਪੜੇਗਾ। ਓ ਚੰਗਾ ਕੀਤਾ ਕਿ ਮੇਰਾ ਪਿੰਡਾ ਮੁਕਾ ਦਿੱਤਾ। ਓਏ ਅੱਜ ਤੁਹਾਡੇ ਲੋਕ ਦੇ ਛੋਟੇ ਆਪਣੇ ਪਿਓ ਦੀ ਕਬਰ ਤੇ ਨਹੀਂ ਮਾਰਾਂਗਾ। ਓ ਕੇ ਬਗਿਆੜਾ ਦੀ ਨਸਲ ਕਹੇਗੀ, ਓ ਕੁੜੀਆਂ ਰਾਜਪੂਤਾਂ ਚ ਦੇਣੀਆਂ, ਓ ਬਗਿਆੜਾ ਚ ਨਹੀਂ। ਬਗਿਆੜ ਸਾਹਿਬ, ਗੱਲ ਫੇਰ ਤੇ ਪੈ ਗਈ ਜੀ। ਓ ਬਗਿਆੜਾ, ਕੁਝ ਸਾਹ ਹੋਰ ਵੱਧ ਗਏ। ਤੈਨੂੰ ਤੇਰੇ ਮਰੇ ਪਿਓਣਾ ਵਾਸਤਾ ਹੀ ਇੱਥੋਂ ਨਿਕਲ ਚਲੀ ਯਾਰ। ਓਏ ਵਾਸਤਾ ਨਹੀਂ ਪਾਇਆ ਹੀ, ਉਹ ਵੀ ਮਰੇ ਪਿਓ ਦਾ। ਅੱਛਾ ਲੈ,
मां भी अब्बे दे पीछे रब का पास गई है सही रहा। रब तो बाद इस वैर दी हनेरी च एक तेरा ही आसरा रह गया सी मां। हौसला कर जहीर पुत्र, हौसला कर, तुहानू दुआवां देण वाली मां मर गई है। मेरी पैर मर गई है। नहीं मामा नहीं, और नहीं मामा नहीं, और प्यू नाराज होके अगले जहान चला गया, और हुन तू भी मेनू ऐस वैर दी अक्स कलिया छड़ के चली गई है। ओए मां, ओए तू ते मेरी एक बारी आवाज सुन के सत बिस्मिल्ला कहंदी सै, ओए एक बारी फिर सत बिस्मिल्ला कह के आवाज मार मां, आवाज मार मां। हौसला कर वीर, हौसला। बाहर निकल ओए मेरे भरा दिया कातला। चंगा होया तेरी मां आपे ही मर गई है जिद्दी राणिया। ਸਾਡੇ ਇੱਥੋਂ ਮਰਦੀ ਤੇ ਬੜਾ ਹੀ ਦੁੱਖ ਹੋਣਾ ਸੀ। ਓਏ ਓਏ ਕਿਸੇ ਚੰਗੀ ਮਾਂ ਦੀ ਕੁੱਕ ਚੋ ਜੰਮਣ ਵਾਲਿਆ ਬਗੜਤਾ, ਅਸੀਂ ਤੇ ਦੁਸ਼ਮਣ ਦੀ ਮਾਂ ਨੂੰ ਵੀ ਮਾਂ ਸਮਝੀਦਾ ਹੈ। ਓ ਸਿੱਧੀ ਰਣ ਦਾ ਪਾਲ ਤੇ ਪੰਜਾਬ ਨਹੀਂ ਚੁੱਕਦਾ, ਤੂੰ ਬਗੜਤਾ ਦੀ ਜੰਜ ਲੈ ਕੇ ਓ ਸ਼ੇਰ ਦਾ ਸ਼ਿਕਾਰ ਕਰਨ ਆ ਗਿਆ, ਤੇ ਜੇ ਹੁਣ ਆ ਹੀ ਗਿਆ ਤੇ ਨਸੀ ਨਾ ਆਏ। ਕਿ ਟੋਰੀ ਮੂਸਾ ਡਰਿਆ ਮੌਤ ਤੋਂ, ਔਰ ਤੇ ਮੌਤ ਅੱਗੇ ਖਲੋਤੀ, ਚੱਲ ਭਰਾ ਮਾਛੀ ਨੂੰ ਜੱਫੀਆਂ ਪਾ। ਓਏ ਜਾ ਕੇ ਦੋਜ਼ਖ ਜਗ੍ਹਾ ਬਣਾ। ਓਏ ਲਾਲੂ ਬਗਿਆਰ ਤਕਲੀਫ ਹੈ ਮੇਰੀ ਯਾਰ, ਤੇਰੇ ਪਿੱਛੇ ਹੀ ਆਈ। ਵੱਡਾ ਬਦਮਾਸ਼ ਬਣੀ ਫਿਰਨਾ ਤੂੰ, ਉਹ ਲੱਗਦਾ ਤੇਰੀ ਬਦਮਾਸ਼ੀ ਦਾ ਖੌਫ ਇਸ ਸ਼ਹਿਰ ਚੋਂ ਮੁਕਦਾ ਜਾ ਰਿਹਾ ਹੈ। ਉਹ ਹਾਲੀ ਤੱਕ ਉਹ ਨਿੱਕਾ ਜਿਹਾ ਸਿੱਧੀ ਰਾਣਾ ਨਹੀਂ ਮਰਿਆ ਤੇਰੇ ਕੋਲੋਂ। ਓਏ ਕਾਹਦਾ ਲਾਲੂ ਬਗਿਆੜ ਹੈ ਤੂੰ ਕਾਹਦਾ? ਓਏ ਲਾਲਾ, ਆਸਮਾਨ ਗਰਜੇ ਤੇ ਜ਼ਮੀਨ ਤੇ ਮੀਂਹ ਵਸਦਾ ਹੈ, ਓਏ ਜੰਗਲ ਵਿੱਚ ਲਾਲੂ ਬਗਿਆੜ ਗਰਜੇ ਸਿੱਧੇ ਰਾਣਾ ਵਰਗੇ ਕਈ ਕਿੱਦਣ ਤੌਰ ਜਾਂਦੇ ਨੇ। ਅੱਜ ਸਿੱਧੇ ਰਾਣਾ ਤੇ ਉਹਦੇ ਯਾਰਾਂ ਦੀਆਂ ਲਾਸ਼ਾਂ ਦਾ ਲਾਹੌਰ ਸ਼ਹਿਰ ਚ ਮੇਰਾ ਲਾ ਦਿਆਂਗਾ ਮੇਰਾ। ਓ ਬਸ ਬਸ, ਸਿੱਧੀ ਰਾਣੇ ਦੀ ਲਾਸ਼ਾਂ ਦਾ ਮੇਲਾ ਸਜਾ ਦੇਗਾ। ਓ ਸਿੱਧੀ ਰਾਣੇ ਨੂੰ ਮਾਰਨ ਤੋਂ ਪਹਿਲਾਂ ਉਹਨੂੰ ਫਸਾਉਣ ਲਈ ਉਂਝ ਹੀ ਜਾਲ ਵਿਛਾ ਜਿਸ ਤਰ੍ਹਾਂ ਕੋਈ ਸ਼ਿਕਾਰੀ ਜਾਲ ਵਿਛਾਉਂਦਾ ਹੈ।
ओए सिद्धी राणे दी दुख दी रग ते हाथ रख लालू बग्याड। सिद्धी राणे दी दुख दी रग ते हाथ रख। दुख दी रग। मामा जी फिकर ना करो, बहुत छेती तानू नोटां दा थब्बा मिल जाएगा। जेड़े साडे हालात हो गए ने सानू मारी जाना चाहिदा है। आमीन सुम आमीन। कहंदे ने बाज़ो कात अल्लाह मियां दुआ बड़े नेड़े सुनदे ने, ते तेरी दुआ अल्लाह ने सुन ली है। लालो बग्यार तेरे सराने मौत बन के खलोता है। मौत साड़ी नहीं, तेरी आई है लालू बग्याड़, जेड़ा मौत नू लब्दा लब्दा आ मौत दे मुँह च आ गया। मामा जी देख तीर रानी है, नोट ते नहीं आए पर तेरे वास्ते ऐसा गोली खा ली है। अच्छा ये तो है, चल पानिया दुश्मनिया ते चुकनिया कुड़िया। ओए सानू पता सी तू है हरकत जरूर करेगा। आंधी बात छोड़ दे लालू बग्याड़। इन्नू लो जान तू पहला तेनू साड़िया लाशा तो गुजरना पेगा। ला ला ला। सिद्धी राणा ने चार यार मार के आदि कंजरी मशोक नु चुक ले आया। तो यदि लुस लुस कर दी जवानी नाल खेड के अपनी छाती दे वाल काले कर ते मैं सिद्धी राणे दी लाश ले आके एदा मुजरा एदे यार दी लाश ते वेखांगा। लाश ते मेरे बंदियों ने कपड़े पाड़े ना ते तेनू बड़ी तकलीफ होएगी। ला दी अपने कपड़े ला दे। कवारी मेरे जिद्दी राणे नु आ लैंदे दुश्मना ओ तेरे जिस्म दी एक एक हड्डी वखरी वखरी कर देगा। तेरा जिद्दी राणा, तेरा जिद्दी राणा मर गया। तेरा जिद्दी राणा ओ ते नहीं आएगा लालू बग्याड़। ओदी लाश नु मंजी ते चुक के नहीं अपने मोढ़ियां ते चुक के ले आएगा। ओए 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 बेलबाज कर दियो इनू, आज मजा लेना है, ओए बड़ा मजा लेना है। Hey, Lana!
खरीदिए सानू तो कोई सस्त गैर आवाज मारे असी तो भी जान कुर्बान कर देने तो फिर सानू इश्क कर दिए साढ़े साथ चलते हो तू मेनू बेआबरू कर दे तेरे खानदान की असी थी कलमा पाड़ा खरीदिए आखिर अपनी आखिरी रामगंज पहुंच गए थोड़ा जा वेट करी तेरे लालू बग्याड़ भी तेरे पिछे ही भेज लिया समझा सी तो लालू बग्याल ने प्राण मार के इस कंजरे लैके इतों निकल जाएगा लालू बग्याल ने तेरे लाश ते इस कंजरे का मुजरा वेखन की कसम खाधी है कंजर ते नहीं सन इस कंजर की लाश देखे कंजर के घर मैं 100 बारी सदके अपने जिद्दी राणे तो ऐसे लई ते अपना आप ओदे नाल आया खोल के सुनो गरीबों से जुलम कराने बदमाशो जो ताटी बदमाशी गरीबों से अंजी गई और राजपूत ने हर कार्य एक किसी दी रड़ा और चमदो रहेगा जियो शेरा थल्ले नीला डाला पाई हाथ विच